ਮੈਂ ਹੁਣ ਵੀ ਆਣੀ, ਚੱਲ ਮੇਰੀ ਧੀ ਦਾ ਘਰ ਰਹਿ ਜੇ, ਚੱਲ ਉਦੋਂ ਬੱਚਿਆਂ ਲੈ ਕੇ ਬੈਠੀ ਤਾਂ ਰਹੂਗੀ ਵਿਚਾਰੀ, ਬਹੁਤ ਜ਼ਿਆਦਾ ਪਰੇਸ਼ਾਨ ਆ ਇਹਦੇ ਇਹਨਾਂ ਦੀਆਂ ਤਾਂ। ਸਤਿ ਸ਼੍ਰੀ ਅਕਾਲ ਜੀ, ਮਲੂਕਾ ਟੀਵੀ ਤੁਸੀਂ ਵੇਖ ਰਹੇ ਹੋ। ਇੱਕ ਕਹਾਵਤ ਆਮ ਹੀ ਗੱਲ ਆਪਾਂ ਕਰਦੇ ਹੁੰਦੇ ਹਾਂ ਵੀ ਜਿੱਥੇ ਰੱਬਾ ਧੀਆਂ ਦੇਣੀਆਂ ਅਤੇ ਉੱਥੇ ਗਰੀਬੀ ਨਾ ਦੇ, ਅਤੇ ਜੇ ਧੀਆਂ ਦਿੱਤੀਆਂ ਤਾਂ ਫਿਰ ਉਹਨਾਂ ਦਾ ਸਿਰ ਕੱਜਣ ਦੇ ਵਾਸਤੇ, ਉਹਨਾਂ ਦੀ ਪਰਵਰਿਸ਼ ਦੇ ਵਾਸਤੇ, ਉਹਨਾਂ ਕਾ ਰਾਸ਼ਨ ਪਾਣੀ ਜਾਂ ਸ਼ਬਦ ਇਹ ਕਹਿਣਾ ਜਾਂ ਇਹ ਕਹਿਣਾ ਵੀ ਉਹਨਾਂ ਕਾ ਤਮਾਨਤਾ ਜ਼ਰੂਰ ਦੇ ਵੀ ਆਪਦੀ ਜ਼ਿੰਦਗੀ ਬਤੀਤ ਕਰ ਲੈਣੇ। ਭੈਣ ਖੜੀ ਆ, ਚਾਰ ਕੁੜੀਆਂ ਨੇ ਇਹਦੇ, ਠੀਕ ਆ, ਘਰ ਵਾਲਿਆ ਵੀ ਛੱਡ ਕੇ ਚਲਾ ਗਿਆ, ਨਾਲ ਇਹਦੇ ਮਾਤਾ ਜੀ ਖੜ੍ਹੇ ਨੇ। ਇਹ ਕਹਿ ਸਕਦਾ ਵੀ ਅੱਜ ਦੇ ਟਾਈਮ ਦੇ ਵਿੱਚ ਇਹ ਨਰਕ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਨੇ, ਕਿਉਂਕਿ ਹਾਲਾਤ ਇਸ ਤਰ੍ਹਾਂ ਕਿਉਂ ਬਣੇ, ਕੀ ਗੱਲਬਾਤ ਆ, ਉਹ ਪੂਰੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਸ਼ਿਵਿੰਦਰ ਕੌਰ ਵੀਰੇ। ਅੱਛਾ, ਕਿੰਨੇ ਟਾਈਮ ਤੋਂ ਇਕੱਲੇ ਰਹਿ ਰਹੇ ਹੋ ਤੁਸੀਂ? ਵੀਰੇ ਮੈਨੂੰ ਕਾਫੀ ਟਾਈਮ ਹੀ ਹੋ ਗਿਆ। ਮੇਰੇ ਜਦੋਂ ਮਤਲਬ ਮੇਰੇ ਘਰ ਵਾਲਾ ਸਹਿਮਤੀ ਕਰ ਲੈਂਦਾ ਸੀ, ਆ ਜਾਂਦਾ ਮੇਰੇ ਕੋਲ, ਮੈਂ ਪੇਕਿਆਂ 'ਤੇ ਰਹਿੰਦੀ ਨੂੰ 7 ਸਾਲ ਹੋ ਗਏ, ਆ ਜਾਂਦਾ ਮੇਰੇ ਭਰਾਵਾਂ ਨੂੰ ਕਹੂਗਾ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਘਰੇ ਵਾੜ ਲਓ, ਅਸੀਂ ਫਿਰ ਵਾੜ ਲੈਂਦੇ ਸੀਗੇ। ਜਦੋਂ ਮੇਰੇ ਕੋਲ ਬੱਚਾ ਹੋਣ ਵਾਲਾ ਉਹਦੀ ਮੈਨੂੰ ਛੱਡ ਕੇ ਤੁਰ ਜਾਂਦਾ। ਜਦੋਂ ਫਿਰ ਮੇਰੇ ਬੱਚੇ ਜਦੋਂ ਹੋ, ਜਦੋਂ ਕੁੜੀ ਹੋ ਜਾਂਦੀ ਫਿਰ ਜਮਾਂ, ਜੇ ਤਾਂ ਆਹ ਜਦੋਂ ਕੁੜੀ ਹੋਈ ਆ ਉਦੋਂ ਤਾਂ ਚਾਈ ਚਾਈ ਤੀਜੇ ਚੌਥੇ ਦਿਨ ਦੂਜੇ ਦਿਨ ਹੀ ਆ ਗਿਆ ਮੁੜ ਕੇ। ਬਾਅਦ ਵਿੱਚ ਫਿਰ ਇਹਦੇ ਜਦੋਂ ਕੁੜੀਆਂ ਆਹ ਹੋਈ ਇਹਨੂੰ ਵੇਖਣ ਤੱਕ ਨਹੀਂ ਆਇਆ ਸੀਗਾ। ਉਸ ਤੋਂ ਬਾਅਦ ਮੁੜ ਕੇ ਮੈਂ ਆਪਦੇ ਪੇਕੀ ਰਹਿਣ ਲੱਗ ਗਈ ਵੀਰੇ। ਜਦੋਂ ਮੇਰੇ ਕੋਲ ਬੱਚਾ ਹੋਣ ਵਾਲਾ ਉਦੋਂ ਛੱਡ ਕੇ ਤੁਰ ਜਾਂਦਾ, ਫਿਰ ਮੈਂ ਆਪਦਾ ਖਹਿੜਾ ਹੀ ਛੱਡਤਾ। ਮੈਂ ਨਾ ਤਾਂ ਹੁਣ ਉਹਦੇ ਕੋਲ ਜਾਂਦੀ ਹਾਂ ਨਾ ਹੀ ਉਹ ਮੇਰੇ ਕੋਲ ਆਉਂਦਾ, ਮੈਂ ਆਪਦੇ ਪੇਕਿਆਂ 'ਤੇ ਰਹਿੰਦੀ ਹਾਂ ਵੀਰੇ। ਅਤੇ ਮੈਂ ਮਤਲਬ ਇੱਥੇ ਮਕਾਨ ਲਿਆ ਸੀਗਾ, ਆਹ ਮਕਾਨ ਮੈਂ ਲੈ ਲਿਆ, ਜਿਹ ਤੋਂ ਮੈਂ ਮਕਾਨ ਲਿਆ ਅਤੇ ਮੈਂ ਉਹਨੂੰ ਇਹ ਗੱਲ ਕਹੀ, ਮੈਂ ਕਿਹਾ ਵੀਰੇ ਵੀ ਮੈਂ ਇਕੱਲੀ ਹਾਂ ਵੀ ਮੈਂ ਮਕਾਨ ਮੈਨੂੰ ਦੇ ਦਿਓ, ਅਤੇ ਮੈਂ ਕਿਹਾ ਵੀ ਇਹ ਤਾਂ ਤੁਸੀਂ ਨਾ ਵੀ ਉਹ ਕਰਾ ਦਿਓ ਜੇ ਲੋਨ, ਮੈਂ ਕਿਹਾ ਲੋਨ ਕਰਾ ਕੇ ਮੈਂ ਬਿਆਨਾ ਦੇਤਾ ਵੀਰੇ ਜਿੰਨਾ ਮੇਰੇ ਕੋਲ ਪੈਸਾ ਸੀ ਮਾੜਾ ਮੋਟਾ। ਮੈਂ ਮੰਡੀ ਦੇ ਵਿੱਚ ਚਾਹ ਦਾ ਅੱਡਾ ਲਾਇਆ ਸੀ, ਮੈਂ ਜਿੰਨੀ ਕਮਾਈ ਕੀਤੀ ਮੈਂ ਉਹਦਾ ਫੜ ਧੜ ਕੇ ਆਪਦਾ ਮਾੜਾ ਮੋਟਾ, ਅਤੇ ਮੈਂ ਬਿਆਨਾ ਦੇਤਾ ਵੀਰੇ ਇਹਦਾ 50,000, 4.5 ਲੱਖ ਦਾ ਇਹ ਮਕਾਨ ਲਿਆ ਮੈਂ। ਅਤੇ ਮੈਂ ਜਦੋਂ ਬਿਆਨਾ ਦੇਤਾ ਅਤੇ ਮੈਂ ਮਤਲਬ ਮੈਂ ਕਿਹਾ ਵੀ ਉਦੋਂ ਬਾਅਦ ਨਾ ਤਾਂ ਲੋਨ ਕਰਾ ਦੀ, ਕਹਿੰਦਾ ਕੋਈ ਗੱਲ ਨਹੀਂ ਜੀ ਮੈਂ ਲੋਨ ਕਰਾ ਦੂੰਗਾ, ਤੁਸੀਂ ਕਿਸ਼ਤਾਂ ਭਰੀ ਜਾਇਓ ਜੇ। ਮੈਂ ਕਿਹਾ ਠੀਕ ਆ। ਹੁਣ ਵੀਰੇ ਮੇਰਾ 10ਵੇਂ ਮਹੀਨੇ ਦੀ 9 ਤਰੀਕ ਦਾ ਇਹਦਾ ਪੈਸਿਆਂ ਦਾ ਕਰਾਰ ਆ। ਜਦੋਂ ਮੈਂ ਹੁਣ ਉਹ ਭਾਈ ਨੂੰ ਜਦੋਂ ਕਿਹਾ ਜੀ ਤੋਂ ਮੈਂ ਜਗ੍ਹਾ ਲਈ ਆ, ਮੈਂ ਕਿਹਾ ਵੀ ਵੀਰੇ ਲੋਨ ਕਰਾ ਲਾ, ਕਹਿੰਦਾ ਨਹੀਂ ਜੀ ਮੈਂ ਲੋਨ ਨਹੀਂ ਕਰਾਉਣਾ। ਮੈਂ ਤਾਂ ਆਪਦੀ ਜਗ੍ਹਾ ਛੁਡਾਉਣੀ ਆ। ਇਹ ਗੱਲ ਵੀ ਠੀਕ ਆ ਵੀ ਠੀਕ ਆ, ਅਗਲਾ ਨਹੀਂ ਲੋਨ ਕਰਾਉਂਦਾ ਕਿਉਂਕਿ ਅੱਜ ਕੱਲ੍ਹ ਉਹ ਟਾਈਮ ਵੀ ਨਹੀਂ ਵਿਸ਼ਵਾਸ ਵਾਲਾ। ਆਪਾਂ ਇਹ ਗੱਲ ਸਪਸ਼ਟ ਕਰ ਦਿਆਂਗੇ, ਚਲੋ ਉਸ ਵੀਰ ਨੇ ਬਿਆਨੇ 'ਤੇ ਇਹਨਾਂ ਨੂੰ ਜਿਹੜਾ ਮਕਾਨ ਦੇਤਾ ਇਹ ਆਪਦੇ ਮਕਾਨ ਦੇ ਵਿੱਚ ਬੈਠਿਆ, ਚਲੋ ਆਪਾਂ ਇਹ ਚੀਜ਼ ਨੂੰ ਵੀ ਇਸੇ ਤਰੀਕੇ ਦੇ ਨਾਲ ਸਮਝਾਂਗੇ, ਹੈ ਨਾ। ਹੁਣ ਇਹ ਚਾਰ ਕੁੜੀਆਂ ਕੰਮ ਕਾਰ ਭੈਣ ਕਿਤੇ ਬਾਹਰ ਅੰਦਰ ਕਰਦੀ ਆ, ਪਰ ਜਿਹੜੇ ਅੱਜ ਦੇ ਹਾਲਾਤ ਆ ਉਹ ਬਹੁਤ ਜ਼ਿਆਦਾ ਮੰਦੇ ਆ। ਇਹ ਤੁਹਾਨੂੰ ਵੀ ਪਤਾ, ਕਿਉਂਕਿ ਇਹ ਗੱਲ ਮੈਂ ਸਪਸ਼ਟ ਪਹਿਲਾਂ ਵੀ ਇਹ ਗੱਲ ਕਹਿੰਦਾ ਹੁੰਦਾ ਵੀ ਬਹੁਤ ਸਾਰੀਆਂ ਘਟਨਾਵਾਂ ਇੱਦਾਂ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਹੋ ਰਹੀਆਂ ਜਿਨ੍ਹਾਂ ਨੇ ਆਪਾਂ ਬਿਆਨ ਨਹੀਂ ਕਰ ਸਕਦੇ। ਇਹ ਹੁਣ ਆਪਦਾ ਬੱਚਿਆਂ ਨੂੰ ਛੱਡ ਕੇ ਕਿੱਥੇ ਜਾਵੇ? ਬੱਚੇ ਪੜ੍ਹਦੇ ਆ ਇਹ ਕਿ ਨਹੀਂ? ਹਾਂਜੀ, ਇੱਕ ਬੇਟੀ ਤਾਂ ਮੇਰੀ ਪੜ੍ਹ ਹਟੀ ਜੀ, ਸਰਕਾਰੀ ਸਕੂਲ 'ਚ ਪੜ੍ਹੀ ਆ, ਉਹ +2 ਕਰ ਹਟੀ। ਅਤੇ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦੀ ਹਾਂ, ਜਿਹੜੇ ਆਉਂਦੇ ਆ ਨਾ ਵੀ ਧੀਆਂ ਬਚਾਓ ਅਤੇ ਧੀਆਂ ਪੜ੍ਹਾਓ, ਧੀਆਂ ਨੂੰ ਕੋਈ ਸਮੱਸਿਆ ਜਾਂ ਕੋਈ ਉਹਨਾਂ ਨੂੰ ਕੋਈ ਰੁਜ਼ਗਾਰ, ਮੇਰੀ ਧੀ 12 ਪੜ੍ਹ ਕੇ ਵੀ ਬੇਰੁਜ਼ਗਾਰ ਤੁਰੀ ਫਿਰਦੀ ਆ। ਮੇਰਾ ਉਹਦਾ ਸੁਪਨਾ ਸੀ ਕਿ ਮੰਮਾ ਮੈਂ ਆਈਲੈਟਸ ਕਰੂੰਗੀ, ਮੈਂ ਬਾਹਰ ਜਾਊਂਗੀ, ਸਾਰੇ ਘਰ ਦੀ ਗਰੀਬੀ ਚੱਕੂੰਗੀ, ਅਤੇ ਪਰ ਮੇਰੀ ਧੀ ਬੇਰੁਜ਼ਗਾਰ ਤੁਰੀ ਫਿਰਦੀ ਆ। ਮੁਟਿਆਰ ਧੀ ਅੱਜ ਮੈਂ ਕਿਤੇ ਵੀ ਛੱਡ ਕੇ ਨਹੀਂ ਹੁਣ ਜਾਣ ਜੋਗਰੀ, ਜੇ ਮੈਂ ਕਿਤੇ ਛੱਡ ਕੇ ਜਾਂਦੀ ਹਾਂ ਤੁਸੀਂ ਦੱਸੋ ਵੀ ਆ ਭੋਰਾ ਇੱਕ ਬੱਚੀ ਹੈ, ਮੈਂ ਕਿਹਦੇ ਆਸਰੇ ਇਹਨੂੰ ਛੱਡ ਕੇ ਜਾਵਾਂ? ਇਹ ਬੇਟੀਆਂ ਮੇਰੀਆਂ ਸਕੂਲੇ ਚਲੀਆਂ ਜਾਂਦੀਆਂ, ਉਹ ਮੇਰੀ ਬੇਟੀ ਹੈ ਵਿਚਾਰੀ, ਉਹ ਬੇਰੁਜ਼ਗਾਰ ਆ ਜਾਵਾਂ, ਅਤੇ ਜੇ ਮੇਰੀ ਧੀ ਨੂੰ ਕੋਈ, ਜੇ ਧੀਆਂ ਵਾਲਿਆਂ ਨੂੰ ਨੌਕਰੀਆਂ ਦੇਣ
ਵੇਖਣ ਵੀ ਧੀਆਂ ਇਹਨਾਂ ਦੀਆਂ ਨੌਕਰੀਆਂ ਮਿਲ ਜਾਣ, ਮੇਰੀ ਧੀ ਨੂੰ ਨੌਕਰੀ ਮਿਲ ਜਾਂਦੀ ਵੀਰੇ, ਮੈਂ ਅੱਜ ਇਹ ਹਾਲਾਤ ਦੇ ਵਿੱਚ ਤੁਹਾਡੇ ਸਾਹਮਣੇ। ਕਿੰਨਾ ਪੜ੍ਹੀ ਹੈ ਵੱਡੀ ਕੁੜੀ? ਮੇਰੀ ਕੁੜੀ 12 ਪੜ੍ਹ ਗਈ ਜੀ। ਆਈਲੈਟਸ ਕਰਨਾ ਚਾਹੁੰਦੀ ਹੈ? ਹਾਂਜੀ ਹਾਂਜੀ, ਆਈਲੈਟਸ ਵੀ ਕਰਨਾ ਚਾਹੁੰਦੀ ਹੈ। ਸੁਪਨਾ ਉਹਦਾ ਬਾਹਰ ਦਾ, ਕਹਿੰਦੀ ਮੰਮਾ ਮੈਂ ਬਾਹਰ ਜਾ ਵੜਾਂ। ਵੇਖੋ ਹੁਣ ਉਹ ਬੱਚੀ 18-19 ਸਾਲ ਦੀ, ਉਹਨੂੰ ਮੈਂ ਕੈਮਰੇ ਸਾਹਮਣੇ ਨਹੀਂ ਲਿਆਇਆ। ਇਹ ਬੱਚੀਆਂ ਨੂੰ ਲਿਆਉਣੀ ਵੀ ਮੇਰੀ ਇੱਕ ਮਜਬੂਰੀ ਸੀ, ਨਹੀਂ ਮੈਂ ਬੱਚੀਆਂ ਨੂੰ ਵੀ ਲਿਆਉਣਾ ਨਹੀਂ ਸੀ, ਕਿਉਂਕਿ ਸਕੂਲ 'ਚ ਪੜ੍ਹਦੀਆਂ ਕਈ ਵਾਰੀ ਨਾਲ ਦੇ ਬੱਚੇ ਹੈ ਨਾ ਗੱਲਾਂ ਬਾਤਾਂ ਕਰਨ ਲੱਗ ਜਾਂਦੇ। ਆਪਾਂ ਆਮ ਹੀ ਅਕਸਰ ਇਹ ਚੀਜ਼ਾਂ ਘਟਨਾਵਾਂ ਵੇਖਦੇ ਹਾਂ, ਪਰ ਜੇ ਮੈਂ ਇਹ ਬੱਚੀਆਂ ਨੂੰ ਨਹੀਂ ਦਿਖਾਉਂਦਾ ਸੀ ਤਾਂ ਹੋ ਸਕਦਾ ਤੁਸੀਂ ਇਹਨਾਂ ਦੇ ਦਰਦ ਨੂੰ ਸਮਝ ਨਾ ਸਕਦੇ। ਠੀਕ ਆ, ਹੁਣ ਇਹ ਹੈ ਵੀ ਜੇ ਉਹ ਬੱਚੀ ਆਈਲੈਟਸ ਕਰ ਲਏ, ਉਹਦਾ ਜਿਹੜਾ ਪੈਸੇ ਲੱਗਦੇ ਆ, ਉਸ ਤੋਂ ਬਾਅਦ ਜਿਹੜੇ ਪੇਪਰ ਦੇ, ਆਪਾਂ ਨੂੰ ਪਤਾ ਹੀ ਆ 17-18 ਹਜ਼ਾਰ ਰੁਪਈਆ ਲੱਗਦਾ। ਆਪਾਂ ਪਿੱਛੇ ਜੇ ਵੀ ਇੱਕ ਕਿਸੇ ਪਰਸਨ ਦੀ ਬੇਟੀ ਦੀ ਜਿਹੜੀ ਫੀਸ ਭਰੀ ਸੀ, ਇੱਕ ਤਾਂ ਸਾਰੇ ਭੈਣ ਭਰਾ ਜ਼ਰੂਰ ਇਸ ਪਰਿਵਾਰ ਦੀ ਮਦਦ ਕਰਿਓ, ਸਿਰਫ ਇਹ ਬੱਚੀਆਂ ਦੇ ਵੱਲ ਵੀ ਕਿ ਵੇਖੋ ਛੋਟੀਆਂ ਛੋਟੀਆਂ ਬੱਚੀਆਂ, ਠੀਕ ਆ, ਹਾਲਾਤ ਇੱਦਾਂ ਦੇ ਬਣ ਗਏ। ਕਿਉਂਕਿ ਅਸਲ ਦੇ ਵਿੱਚ ਮੈਨੂੰ ਕਿਤੇ ਨਾ ਕਿਤੇ ਇਹ ਚੀਜ਼ ਵੀ ਲੱਗਦੀ ਆ ਵੀ ਇਸ ਭੈਣ ਦੇ ਕੁੱਖ ਦੇ ਵਿੱਚੋਂ ਬੇਟੇ ਨੇ ਜਨਮ ਨਹੀਂ ਲਿਆ, ਬੇਟੀਆਂ ਹੋਣ ਦੇ ਕਾਰਨ ਵੀ ਇਹਨੂੰ ਇਹ ਤਕਲੀਫ ਵੱਡੀ ਝੱਲਣੀ ਪਈ। ਹੋ ਸਕਦਾ ਜੇ ਕਿਤੇ ਬੇਟਾ ਜਨਮ ਲੈ ਲੈਂਦਾ ਤਾਂ ਇਹ ਸਹੁਰੇ ਪਰਿਵਾਰ ਦੇ ਵਿੱਚ ਹੀ ਰਹਿ ਪੈਂਦੀ ਜਾਂ ਘਰ ਵਾਲੇ ਹੀ ਝੱਲ ਲੈਂਦਾ। ਕਿਤੇ ਨਾ ਕਿਤੇ ਇਹ ਬੱਚੀਆਂ ਜਿਨ੍ਹਾਂ ਦਾ ਜਨਮ ਹੋਇਆ, ਉਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਇਸ ਤਰੀਕੇ ਨਾਲ ਬਣ ਗਈ, ਕਿਉਂਕਿ ਇਹ 'ਚ ਕੋਈ ਦੋ ਰਹਿ ਨਹੀਂ, ਬੰਦਾ ਨਹੀਂ ਕਰਦਾ ਬੁੜੀ ਹੀ ਬੁੜੀ ਦੀ ਦੁਸ਼ਮਣਾ। ਕਿਤੇ ਨਾ ਕਿਤੇ ਆਪਾਂ ਵੇਖਦੇ ਹਾਂ ਹਾਲਾਤ ਇਹ ਬਣਦੇ ਆ, ਨੂੰਹ ਸੱਸ ਦੇ ਤਾਨੇ ਮਿਹਣੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਕਿਉਂਕਿ ਇਹ ਰਿਐਲਿਟੀ ਆ। ਇਹਦੇ 'ਚੋਂ ਆਪਾਂ ਇਹਨੂੰ ਇਸ ਝੂਠ 'ਤੇ ਪੜਦਾ ਨਹੀਂ ਪਾ ਸਕਦੇ, ਇਹ ਆਪਾਂ ਸੱਚ ਆ ਜਿਹੜਾ ਉਹ ਦੱਸ ਸਕਦੇ ਹਾਂ। ਠੀਕ ਆ, ਹੁਣ ਤੁਸੀਂ ਆਪਦਾ ਰੋਟੀ ਪਾਣੀ ਦਾ ਗੁਜ਼ਾਰਾ ਕਿਵੇਂ ਕਰਦੇ ਵੀਰੇ? ਮੇਰੀ ਮੰਮੀ ਦੀ ਵਡੇਪਾ ਪੈਨਸ਼ਨ ਆਉਂਦੀ ਆ, ਇਹਦੀ ਵਡੇਪਾ ਪੈਨਸ਼ਨ 1500 ਰੁਪਈਆ ਆਉਂਦੀ ਆ ਕੁਛ ਵੀਰੇ। ਮੈਂ ਆਪ ਵੀ ਦਿਹਾੜੀ ਦਿਹੁੜੀ ਚਲੇ ਜਾਂਦੀ ਹਾਂ, ਮੈਂ ਆਪਾਂ ਝੂਠ ਨਹੀਂ ਮਾਰਨਾ, ਮੈਂ ਦਿਹਾੜੀ ਚਲ ਜਾਂਦੀ ਹਾਂ। ਜੇ ਦਿਹਾੜੀ ਜਾਂਦੀ ਹਾਂ ਤਾਂ ਮੈਂ ਉੱਥੋਂ ਲੈ ਆਉਂਦੀ ਹਾਂ, ਨਹੀਂ ਤਾਂ ਮੰਮੀ ਦੀ ਪੈਨਸ਼ਨ ਆ ਜਾਂਦੀ ਆ। ਅਤੇ ਸੌਦਾ ਪੱਤਾ ਜਾਂ ਮਾੜਾ ਮੋਟਾ, ਮੇਰਾ ਭਰਾ ਕੋਈ ਇੱਕ ਵਿਚਾਰਾ, ਉਹਨੂੰ ਵੀ ਕਾਲਾ ਪੀ ਲਗਾ, ਮੇਰੇ ਭਰਾ ਨੂੰ ਵੀ ਮੇਰੀ ਭਰਜਾਈ ਛੱਡ ਕੇ ਤੁਰ ਗਈ, ਉਹਦੇ ਵੀ ਦੋ ਕੁੜੀਆਂ ਅਤੇ ਇੱਕ ਮੁੰਡਾ, ਉਹਦਾ ਆਪਦਾ ਵੀ ਵਿਚਾਰੇ ਦਾ ਘਰ ਦਾ ਔਖਾ ਬਹੁਤ ਆ। ਅਤੇ ਜੇ ਸੋਚ ਕੇ ਤਾਂ ਸਾਰੇ ਪਾਸੇ ਬੜੇ ਔਖੇ ਆ, ਧੀਆਂ ਵੀ ਦੇਤੀਆਂ ਰੱਬ ਨੇ ਅਤੇ ਪੁੱਤ ਵੀ ਨਹੀਂ ਦਿੱਤਾ ਅਤੇ ਰੁਜ਼ਗਾਰ ਵੀ ਨਹੀਂ ਦਿੱਤਾ ਵੀਰੇ। ਤੁਸੀਂ ਇਸ ਚੀਜ਼ ਨੂੰ ਭਲੀ ਭਾਂਤ ਸਮਝ ਸਕਦੇ ਹੋ, ਬਹੁਤ ਸਾਰੇ ਪਰਿਵਾਰਾਂ ਦੀ ਆ ਨਾ, ਮੈਂ ਇਹ ਵੀਡੀਓ ਤੁਹਾਡੇ ਸਾਹਮਣੇ ਲਿਆਇਆ, ਤੁਸੀਂ ਮਦਦ ਵੀ ਕੀਤੀ ਆ। ਇਸ ਭੈਣ ਦਾ ਮੈਂ ਅਕਾਊਂਟ ਨੰਬਰ ਦੇ ਦੂੰਗਾ ਤੁਹਾਨੂੰ, ਠੀਕ ਆ, ਵੀਡੀਓ 'ਚ ਪਾਊਂਗਾ, ਇਹਨਾਂ ਦਾ ਮੋਬਾਈਲ ਨੰਬਰ ਵੀ ਪਾਊਂਗਾ। ਤੁਸੀਂ ਸਿੱਧੀ ਮਦਦ ਕਰ ਦਿਓ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਇਹ ਬੇਨਤੀ ਕਰਦਾ ਹੁੰਦਾ, ਕੋਈ ਵੀ ਵੀਡੀਓ ਕਰਦਾ ਵੀ ਮੈਂ ਕੋਈ ਸਮਾਜ ਸੇਵੀ ਨਹੀਂ, ਮੇਰੇ ਅਕਾਊਂਟ 'ਚ ਪੈਸੇ ਤੁਸੀਂ ਕਿਸੇ ਨੇ ਕੋਈ ਪੈਸਾ ਨਹੀਂ ਪਾਉਣਾ, ਕਿਉਂ ਨਾ ਹੀ ਮੈਨੂੰ ਕੋਈ ਇਹ ਤੋਸ਼ਾ, ਨਾ ਮੈਨੂੰ ਕੋਈ ਲਾਲਚ ਆ। ਮੈਂ ਤਾਂ ਸਿਰਫ ਇਹ ਆ ਵੀ ਜੇ ਅਸੀਂ ਆਪ ਇਹ ਚੀਜ਼ਾਂ ਹੰਢਾਈਆਂ ਤਾਂ ਇਹ ਪਰਿਵਾਰਾਂ ਦਾ ਦੁੱਖ ਅਸੀਂ ਸਮਝ ਸਕਦੇ ਹਾਂ। ਇਸ ਪਰਿਵਾਰ ਦੀ ਮਦਦ ਹੋ ਜੇ, ਇਹਨਾਂ ਦੇ ਸਿਰ 'ਤੇ ਇਹਨਾਂ ਦੀ ਛੱਤ ਰਹਿ ਜੇ। ਵੱਡੀ ਬੇਟੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਆ, ਆਈਲੈਟਸ ਕਰਨਾ ਚਾਹੁੰਦੀ ਹੈ। ਕੋਈ ਵੀ ਭੈਣ ਭਰਾ ਜੇ ਉਸ ਬੱਚੀ ਨੂੰ ਆਈਲੈਟਸ ਕਰਾ ਦੇ, ਉਹਦਾ ਪੇਪਰ ਕਰਾ ਦੇ, ਉਹ ਇੰਨੀ ਕੁ ਇੰਟੈਲੀਜੈਂਟ ਆ ਪੜ੍ਹਨ 'ਚ, ਕਿਉਂਕਿ ਔਫ ਕੈਮਰਾ ਮੈਂ ਗੱਲ ਕੀਤੀ ਸੀ ਵੀ ਉਹ ਫਸਟ ਆਉਂਦੀ ਰਹੀ ਆ, ਪਰ ਆਹ ਹਾਲਾਤ ਬਣ ਗਏ, ਉਹ ਘਰ ਦੀ ਵਿਚਾਰੀ ਘਰ ਰਹਿ ਗਈ ਹੈ ਨਾ। ਅਤੇ ਜੇ ਉਹ ਕਿਤੇ ਪੜ੍ਹ ਜੇ ਤਾਂ ਹੋ ਸਕਦਾ ਕੱਲ੍ਹ ਨੂੰ ਉਹਦੇ ਬੈਂਡ ਆਉਂਦੇ ਆ ਕਿਸੇ ਬਾਹਰਲੇ ਦੇਸ਼ ਚਲੀ ਜਾਵੇ, ਤਾਂ ਹੋ ਸਕਦਾ ਇਹ ਪਰਿਵਾਰ ਦੇ ਜਿਹੜਾ ਪਿਛਲਾ ਆਉਣ ਵਾਲਾ ਟਾਈਮ ਆ ਉਹ ਸੌਖਾ ਲੰਘ ਜੇ, ਕਿਉਂਕਿ ਬੱਚੀਆਂ ਕਰਕੇ ਬਹੁਤ ਔਖਾ। ਜੇ ਮੈਂ ਇਹ ਗੱਲ ਕਰਾਂ ਹੈ ਨਾ, ਮਾਤਾ ਜੀ ਵੀ ਨਾਲ ਖੜ੍ਹੇ ਆ, ਉਹਨਾਂ ਨੂੰ ਵੀ ਆਪਾਂ ਕੀ ਗੱਲ ਕਰ ਸਕਦੇ ਹਾਂ, ਕਿਉਂਕਿ ਮਾਂ ਪਿਓ ਦੇ ਸਿਰ 'ਤੇ ਤਾਂ ਇਹ ਹੁੰਦਾ
ਕਿ ਬਾਰ ਦੇ ਵਿੱਚੋਂ ਬੱਚਿਆਂ ਨੂੰ ਉਠਾਉਣਾ, ਵਿਆਹ ਕਰਨਾ, ਆਪੋ ਆਪਣੇ ਘਰ ਤੋਰ ਦੇਣਾ, ਇਹ ਵੱਡੀ ਜ਼ਿੰਮੇਵਾਰੀ ਹੁੰਦੀ ਆ। ਇਹ ਮਾਂ ਪਿਓ ਨੇ ਨਿਭਾਈ, ਅੱਗੇ ਕਿਤੇ ਕਿਸਮਤ ਜਾਂ ਉਹ ਚੀਜ਼ਾਂ ਰਹਿ ਗਈਆਂ, ਕਿਤੇ ਨਹੀਂ ਉਹ ਸਬੱਬ ਬਣਿਆ ਜੋ ਸੁੱਖ ਇਹਨਾਂ ਨੇ ਵੇਖਣਾ ਸੀਗਾ। ਠੀਕ ਆ, ਹੁਣ ਮਾਂ ਤਾਂ ਇੱਥੇ ਵਿਚਾਰੀ ਰਹਿੰਦੀ ਆ, ਉਹਦੀ ਪੈਨਸ਼ਨ ਆਉਂਦੀ ਆ, ਕਿਤੇ ਇਹ ਭੈਣ ਆਪ ਦਿਹਾੜੀ ਜਾਂਦੀ ਆ, ਹੁਣ ਆਹ ਬੱਚੀ ਛੋਟੀ ਆ ਜਿਹੜੀ, ਹੈ ਨਾ, ਉਹ ਤਾਂ ਆਪਾਂ ਇਹ ਕਹਿ ਸਕਦੇ ਬਿਲਕੁਲ ਛੋਟੀ ਆ, ਦੁੱਧ ਚੁੰਘਦੀ ਬੱਚੀ ਆ। ਅਤੇ ਹੁਣ ਇਹ ਬੱਚੀਆਂ ਛੋਟੀਆਂ ਸਕੂਲ ਜਾਂਦੀਆਂ, ਕਿਵੇਂ ਟਾਈਮ ਪਾਸ ਕਰਦੇ ਆ, ਬਹੁਤ ਔਖਾ। ਠੀਕ ਆ, ਹੁਣ ਕਿਵੇਂ ਹੀ ਰਹਿੰਦੇ ਆ, ਤੁਹਾਨੂੰ ਜੇ ਮੈਂ ਅੰਦਰ ਦੇ ਹਾਲਾਤ ਵਿਖਾਵਾਂ ਤਾਂ ਤੁਸੀਂ ਆਪ ਮੰਨੋਗੇ ਵੀ ਇੱਕ ਨਰਕ ਤੋਂ ਵੀ ਬਿਹਤਰ ਜ਼ਿੰਦਗੀ ਆ। ਤੁਸੀਂ ਆ ਬਾਹਰੋਂ ਹੀ ਦੇਖ ਸਕਦੇ ਹੋ ਕਿਹੜੇ ਤਰੀਕੇ ਨਾਲ ਇਹ ਆਪਦਾ ਟਾਈਮ ਪਾਸ ਕਰਦੇ ਆ। ਜੇ ਅੰਦਰ ਦੇ ਹਾਲਾਤ ਮੈਂ ਵੀ ਚੰਗੀ ਤਰ੍ਹਾਂ ਪ੍ਰੋਪਰ ਲਾਈਟ ਵੀ ਹੈ ਨਹੀਂ, ਇਸ ਤਰੀਕੇ ਨਾਲ ਇਹ ਟਾਈਮ ਪਾਸ ਆ ਜਿਹੜਾ ਕਰਦੇ ਆ। ਮਦਦ ਕੀ ਚਾਹੁੰਦੇ ਹੋ ਭੈਣੇ, ਛੱਤ ਬਚ ਜੇ ਅਤੇ ਬੇਟੀ ਪੜ੍ਹ ਜੇ ਬਸ। ਹਾਂਜੀ ਵੀਰੇ, ਮੈਂ ਬਸ ਇਹੀ ਕਹਿੰਦੀ ਹਾਂ ਵੀ ਮੇਰਾ ਘਰ 10ਵੇਂ ਮਹੀਨੇ ਦੀ 9 ਤਰੀਕ ਦਾ ਮੇਰਾ ਪੈਸਿਆਂ ਦਾ ਕਰਾਰ ਆ ਉਹਨਾਂ ਨਾਲ, ਅਤੇ ਉਹ ਮੈਨੂੰ ਪਹਿਲਾਂ ਤੋਂ ਹੀ ਇਹ ਗੱਲ ਕਹਿੰਦੇ ਆ ਵੀ ਚਾਹੇ ਤਾਂ 10ਵੇਂ ਮਹੀਨੇ ਦੀ 9 ਤਰੀਕ ਨੂੰ ਤੂੰ ਰਜਿਸਟਰੀ ਕਰਾ ਲਈ, ਆਪਦਾ ਮਕਾਨ ਬਚਾ ਲਈ, ਅਤੇ ਚਾਹੇ ਤੂੰ ਆਪਦਾ ਸਮਾਨ ਕੱਢ ਕੇ ਗਲੀ ਦੇ ਵਿੱਚ ਬਾਹਰ ਰੱਖ ਲਈ, ਸਾਨੂੰ ਨਾ ਕੱਢਣਾ ਪਵੇ। ਚਲੋ ਵੇਖੋ, ਜਿਹਨੇ ਮਕਾਨ ਦਿੱਤਾ ਹੋ ਸਕਦਾ ਉਹਨੇ ਜਗ੍ਹਾ ਵੀ ਕਿਸੇ ਲੋੜ ਲਈ ਵੇਚੀ ਹੋਵੇ, ਆਪਾਂ ਉਹ ਵੀਰ ਨੂੰ ਨਹੀਂ ਇਸ ਗੱਲ 'ਚ ਆਪਾਂ ਉਹ ਕਰ ਸਕਦੇ, ਉਹਦੀ ਵੀ ਕਿਤੇ ਨਾ ਕਿਤੇ ਹੋ ਸਕਦਾ 100 ਮਜਬੂਰੀ ਹੋਵੇ, ਪਰ ਤੁਸੀਂ ਸਾਰੇ ਭੈਣ ਭਰਾ ਨਾਲ ਮਿਲ ਕੇ ਜਿੰਨੀ ਕੁ ਵੀ ਮਦਦ ਹੋ ਸਕਦੀ ਹੈ, 100-50 ਜਿੰਨੀ ਕੁ ਤੁਸੀਂ ਕਰ ਸਕਦੇ ਹੋ, ਠੀਕ ਆ। ਉਹਦੇ ਨਾਲ ਹੁਣ ਬੱਚੀ ਦਾ ਜਿਹੜਾ ਹੈਗਾ, ਮੈਂ ਇਹ ਮੰਨ ਸਕਦਾ ਵੀ 30-35 ਹਜ਼ਾਰ ਰੁਪਈਆ ਬੱਚੀ ਦੀ ਫੀਸ ਹੋਊਗੀ, ਹੈ ਨਾ, ਕੋਈ 2-4 ਲੱਖ ਰੁਪਈਆ ਜਿਹੜਾ ਇਸ ਘਰ ਦਾ ਜਿਹੜਾ ਹੈਗਾ, 4 ਲੱਖ ਰੁਪਈਆ ਤੁਹਾਡੇ ਘਰ ਦਾ, 4.5 ਲੱਖ, 4.5-5 ਲੱਖ ਰੁਪਈਆ ਇਹ ਘਰ ਦੀ ਜਿਹੜੀ ਇਹਨਾਂ ਨੇ ਦੇਣਾ। ਚਲੋ ਬੱਚੀਆਂ ਦੇ ਸਿਰ 'ਤੇ ਛੱਤ ਰਹਿ ਜੇ, ਇਸ ਟਾਈਮ ਦੇ ਵਿੱਚ ਇਹ ਬੱਚੀਆਂ ਨੂੰ ਭੈਣ ਲੈ ਕੇ ਕਿੱਥੇ ਜਾਊਗੀ, ਕਿਉਂਕਿ ਹੁਣ ਇਕੱਲੀ ਮਾਂ ਤਾਂ ਇਹਦੇ ਕੋਲ ਜਿਹੜੀ ਹਰਜ ਮਰਜ ਚੱਲਦੀ ਆ, ਹੈ ਨਾ, ਰੋਜ਼ੀ ਰੋਟੀ ਜਿਵੇਂ ਕਰਦੀਆਂ ਇਹ ਮਾਵਾਂ ਧੀਆਂ ਕਮਾਉਂਦੀਆਂ, ਜੇ ਇਹ ਭੈਣ ਦਿਹਾੜੀ ਜਾਂਦੀ ਆ ਅਤੇ ਮਾਂ ਤਾਂ ਬੱਚਿਆਂ ਕੋਲ ਰਹਿੰਦੀ ਆ, ਜੇ ਕਿਤੇ ਮਾਂ ਤਾਂ ਵਿਚਾਰੀ ਜਾਂਦੀ ਆ ਕੰਮ ਕਰਨ ਤਾਂ ਇਹ ਵਿਚਾਰੇ ਕਮਾਈ ਵੀ ਕਰ ਲੈਂਦੀ। ਚਲ ਮੈਂ ਆਪਦਾ ਦਿਹਾੜੀ ਦੱਪਾ ਲਾ ਕੇ ਵੀਰੇ, ਮੇਰੀ ਛੋਟੀ ਬੇਟੀ ਜਿਹੜੀ ਇਹ ਹੋਈ ਹੈ ਵੀਰੇ, ਵੱਡੇ ਆਪਰੇਸ਼ਨ ਨਾਲ ਹੋਈ ਆ ਇਹ, ਮੇਰੇ ਵੱਡਾ ਆਪਰੇਟ ਹੋਇਆ, ਉਦੋਂ ਵੀ ਮੇਰੀ ਮਾਂ ਨੇ ਬਹੁਤ ਮਤਲਬ ਪਾਸਿਆਂ ਹਾਸੇ ਪੈਸੇ ਫੜ ਕੇ ਮੇਰੇ 'ਤੇ ਲਾਏ, ਮੇਰੇ 'ਤੇ 60,000 ਰੁਪਇਆ ਲਾਇਆ ਵੀਰੇ, ਬਹੁਤ। ਆਹ ਬੇਟੀ ਤਾਂ ਨਾ ਮੇਰੀ ਇੱਕ ਜਾਨ ਲੈ ਕੇ ਮੈਨੂੰ ਜਨਮ, ਮੈਂ ਆਪਦੀ ਜਾਨ ਦੇ ਕੇ ਇਹਨੂੰ ਜਨਮ ਦਿੱਤਾ, ਇਹ ਵੱਡੇ ਆਪਰੇਟ ਨਾਲ ਹੋਈ ਆ, ਬਾਕੀ ਨੋਰਮਲ ਹੋਈਆਂ ਸੀ, ਇਹ ਵੱਡੀ ਇਹ ਇਕੱਲੀ ਵੱਡੇ ਆਪਰੇਟ ਨਾਲ ਹੋਈ ਵੀਰੇ, ਮੇਰੇ ਤੋਂ ਕੰਮ ਨਹੀਂ ਹੁੰਦਾ ਗਾ, ਬਾਕੀ ਮੈਨੂੰ ਹੁਣ ਹੋਰ ਬਹੁਤ ਲੀਵਰ ਦੀ ਸਮੱਸਿਆ, ਬਹੁਤ ਜ਼ਿਆਦਾ ਬਿਮਾਰੀਆਂ ਲੱਗੀਆਂ ਪਈਆਂ। ਕੀ ਸਹੁਰਿਆਂ ਨੇ ਇਹ ਕਿ ਬੱਚੀਆਂ ਕਰਕੇ ਇਹ ਚੀਜ਼ ਕਰਤੀ ਵੀ, ਜਾਂ ਬੇਟਾ ਨਹੀਂ ਹੋਇਆ? ਇੱਥੇ ਆਓ ਮਾਤਾ ਜੀ, ਉਰੇ ਆਓ, ਉਰੇ ਆਓ, ਇੱਥੇ ਆ ਜਾਓ ਮਾਤਾ ਜੀ, ਅੱਗੇ ਹੋ ਜੀ। ਹਾਂਜੀ, ਬੇਟੀਆਂ ਕਰਕੇ ਨਹੀਂ ਰੱਖਦੇ ਜੀ, ਬਸ ਸਹੁਰੇ। ਹਾਂਜੀ, ਬਹੁਤ ਇਹਦੀ ਸੱਸ ਆ, ਬਹੁਤ ਮੰਦਾ ਚੰਗਾ ਬੋਲਦੀ ਆ ਕੁੜੀਆਂ ਨੂੰ, ਵਿਚਾਰੀਆਂ ਨੂੰ ਬਹੁਤ ਜ਼ਿਆਦਾ ਹੀ। ਮੈਂ ਤਾਂ ਬਾਹਲੀ ਪਰੇਸ਼ਾਨ ਹਾਂ, ਮੈਨੂੰ ਦੋ ਵਾਰੀ ਅਟੈਕ ਹੋ ਗਿਆ ਇਹਦੀ ਟੈਨਸ਼ਨ 'ਚ। ਮੈਂ ਹੁਣ ਵੀ ਆਣੀ, ਚੱਲ ਮੇਰੀ ਧੀ ਦਾ ਘਰ ਰਹਿ ਜੇ, ਚੱਲ ਤੂੰ ਬੱਚੀਆਂ ਲੈ ਕੇ ਬੈਠੀ ਤਾਂ ਰਹੂਗੀ ਵਿਚਾਰੀ, ਬਹੁਤ ਜ਼ਿਆਦਾ ਪਰੇਸ਼ਾਨ ਆ ਇਹਦੇ ਇਹਨਾਂ ਦੀਆਂ ਤਾਂ। ਸਹੀ ਗੱਲ ਆ, ਰੱਬਾ ਜੀ ਧੀਆਂ ਦੇਣੀਆਂ ਤਾਂ ਗਰੀਬੀ ਨਾ ਦਈ, ਉਹਨਾਂ ਨੂੰ ਰੁਜ਼ਗਾਰ ਜ਼ਰੂਰ ਦਈ। ਹੁਣ ਅਸਲ ਦੇ ਵਿੱਚ ਇਸ ਭੈਣ ਦੀ ਜ਼ਿੰਦਗੀ ਇਹੀ ਬਣ ਗਈ ਵੀ ਇਹ ਬੱਚੀਆਂ ਨੇ ਜਨਮ ਲੈ ਲਿਆ। ਇਹ ਹੁੰਦਾ ਹੀ ਆ ਅਕਸਰ, ਨਹੀਂ ਸਹੁਰੇ ਪਰਿਵਾਰਾਂ 'ਚ ਚੰਗਾ ਸਮਝੋ, ਜਾਂ ਹੋ ਸਕਦਾ ਬੰਦਾ ਸਮਝ ਲਏ, ਅਤੇ ਪਰ ਬੀਬੀਆਂ ਨੂੰ ਬੀਬੀਆਂ ਤੱਕ ਤਾਨੇ ਮਿਹਣਿਆਂ ਤੱਕ ਹੋ ਜਾਂਦੀਆਂ, ਜਿਵੇਂ ਹੁਣ ਮਾਤਾ ਨੇ ਦੱਸਿਆ ਵੀ ਇਹਦੀ ਸੱਸ ਲੜਕੀ ਦੀ ਬੋਲਦੀ ਰਹਿੰਦੀ ਆ, ਹੈ ਨਾ, ਵੀ ਜਦੋਂ ਅਸਲ ਦੇ ਵਿੱਚ ਤੁਸੀਂ ਇਹ ਦੇਖਦੇ ਆ ਆਪਾਂ ਵੀ ਕੋਲੇ ਨਹੀਂ ਕੋਈ ਰੁਜ਼ਗਾਰ ਜਾਂ ਕੋਈ ਨਹੀਂ ਕੋਈ ਪੈਸਾ ਟਕਾ ਅਤੇ ਨਹੀਂ ਕੋਈ ਸੁਣਵਾਈ ਕਿਤੇ ਹੁੰਦੀ, ਪਰ ਤੁਸੀਂ ਸਾਰੇ ਭੈਣ ਭਰਾ ਮਲੂਕਾ ਟੀਵੀ ਨੇ ਜੋ ਵੀ ਤੁਹਾਡੇ ਤੱਕ ਚੀਜ਼ ਰਿਐਲਿਟੀ 'ਚ ਲਿਆਉਂਦੀ ਆ, ਤੁਸੀਂ ਉਸ ਪਰਿਵਾਰ ਦਾ ਦੁੱਖ ਜ਼ਰੂਰ ਸਮਝਿਆ। ਸਾਰੇ ਭੈਣ ਭਰਾ ਕੋਸ਼ਿਸ਼ ਕਰਿਓ, ਇਸ ਪਰਿਵਾਰ ਦਾ ਮੈਂ ਅਕਾਊਂਟ ਨੰਬਰ ਦੇ ਦੂੰਗਾ, ਠੀਕ ਆ, ਇਸ ਪਰਿਵਾਰ ਦਾ ਮੈਂ ਮੋਬਾਈਲ ਨੰਬਰ ਦੇ ਦੂੰਗਾ, ਇਹਨਾਂ ਦੇ ਨਾਲ ਤੁਸੀਂ ਗੱਲ ਕਰ ਲਿਓ ਸਿੱਧੀ,
ਅਤੇ ਇਹਨਾਂ ਦੇ ਅਕਾਊਂਟ 'ਚ ਪੈਸੇ ਪਾ ਦਿਓ। ਹਾਂ, ਜਿੱਦੇ ਬੱਚੀ ਪੜ੍ਹ ਗਈ ਉਹਦੀ ਫੀਸ ਭਰੀ ਗਈ, ਇਹਨਾਂ ਦੇ ਘਰ ਦਾ ਕਰਜ਼ ਲੈ ਗਿਆ, ਹੈ ਨਾ, ਉਸ ਤੋਂ ਬਾਅਦ ਵੀ ਆਪਾਂ ਵੀਡੀਓ ਪਾਵਾਂਗੇ ਵੀ ਇਸ ਪਰਿਵਾਰ ਦੀ ਮਦਦ ਆ ਜਿਹੜੀ ਹੋ ਗਈ ਆ ਸਰ ਗਿਆ, ਹੈ ਨਾ, ਕਿਉਂਕਿ ਜ਼ਰੂਰ ਇਹ ਸਾਰੇ ਭੈਣ ਭਰਾ ਜਿਹੜੀ ਮਦਦ ਕਰਿਓ ਇਸ ਪਰਿਵਾਰ ਦਾ। ਮੈਂ ਮੋਬਾਇਲ ਨੰਬਰ ਆ ਜਿਹੜਾ ਤੁਹਾਨੂੰ ਦੇ ਦੂੰ, ਹੋਰ ਕੁਛ ਕਹਿਣਾ ਪੈਣੇ? ਬਸ ਵੀਰੇ ਇਹੀ ਅਰਦਾਸ ਆ ਸਾਡੀ, ਬਸ ਹੋਰ ਨਹੀਂ, ਬਸ ਜੀ। ਹਾਂ, ਮੇਰੀ ਧੀ ਦੇ ਸਿਰ 'ਤੇ ਛੱਤ ਰਹਿ ਜਾਏ, ਮੇਰੀਆਂ ਦੋਹਤੀਆਂ ਛੱਤ ਥੱਲੇ ਰਹਿ ਜਾਣ ਬੈਠੀਆਂ ਵਿਚਾਰੀਆਂ, ਬਸ ਹੋਰ ਕੋਈ ਨਹੀਂ, ਬਸ ਆਹੀ ਹੱਥ ਬੰਨ ਕੇ ਬੇਨਤੀ ਹੈ ਸਾਰੇ ਮੂਹਰੇ ਸਾਡੀ ਤਾਂ। ਚਲੋ, ਇਹ ਵੀ ਇੱਕ ਵੱਡਾ ਸਬਰ ਹੁੰਦਾ, ਹੈ ਨਾ, ਪਰਿਵਾਰ ਨੇ ਆਪਦੀ ਜਿਹੜੀ ਵਿਥਿਆ ਦੱਸੀ ਵੀ ਸਾਨੂੰ ਕੋਈ ਲਾਲਚ ਨਹੀਂ, ਕਿਉਂਕਿ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਕੈਮਰੇ ਸਾਹਮਣੇ ਆ ਕੇ ਲੋਕਾਂ ਤੋਂ ਹੱਥ ਅੱਡ ਕੇ ਕੁਛ ਮੰਗੇ, ਕਿਸੇ ਦਾ ਜੀ ਨਹੀਂ ਕਰਦਾ, ਕਿਉਂਕਿ ਬੱਚੀਆਂ ਨੇ ਬਗਾਨੇ ਘਰਾਂ 'ਚ ਜਾਣਾ ਹੁੰਦਾ, ਬਹੁਤ ਜ਼ਿਆਦਾ ਔਖਾ। ਛੋਟੀਆਂ ਬੱਚੀਆਂ ਅੱਗੇ ਲਿਆਉਣਾ ਵੀ ਮੇਰੀ ਮਜਬੂਰੀ ਸੀ, ਨਹੀਂ ਮੈਂ ਲਿਆਉਂਦਾ ਨਹੀਂ ਸੀ ਬੱਚੀਆਂ ਨੂੰ। ਅਤੇ ਸਾਰੇ ਭੈਣ ਭਰਾ ਰਲ ਕੇ ਇਸ ਪਰਿਵਾਰ ਦੀ ਮਦਦ ਕਰਿਓ ਜਿੰਨੀ ਵੀ ਹੋ ਸਕਦੀ ਹੈ। ਮੈਂ ਨੰਬਰ ਆ ਜਿਹੜਾ ਇਹ ਪਰਿਵਾਰ ਦਾ ਦੇਊਂਗਾ, ਅਕਾਊਂਟ ਨੰਬਰ ਵੀ ਦਿਓ, ਅਤੇ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ, ਜੁੜੇ ਰਹੋ ਮੇਰੇ ਨਾਲ। ਜਸਕਰਨ ਸਿੰਘ ਮਲੂਕਾ, ਧੰਨਵਾਦ ਜੀ।